ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੀ ਸਵਾਲ ਚੁੱਕ ਰਹੇ ਨੇ। ਜੇਲ੍ਹ ਤੋਂ ਮੁੱਖ ਮੰਤਰੀ ਨੂੰ ਮਿਲੀ ਧਮਕੀ ਤੇ ਜੇਲ੍ਹ ਮੰਤਰੀ ਆਪਣੇ ਹੀ ਵਿਭਾਗ ਦੀ ਖਿਚਾਈ ਕਰ ਰਹੇ ਨੇ ਤੇ ਰੰਧਾਵਾ ਮੁਤਾਬਕ ਜੇਲ੍ਹਾਂ ਦੇ ਅੰਦਰ ਬੈਠ ਕੇ ਦਿੱਤੀਆਂ ਜਾ ਰਹੀਆਂ ਧਮਕੀਆਂ ਉਹਨਾਂ ਦੇ ਹੀ ਵਿਭਾਗ ਦੀ ਨਲਾਇਕੀ ਹੈ। ਰੰਧਾਵਾ ਨੇ ਇੱਥੋਂ ਤੱਕ ਕਿਹਾ ਕਿ ਜੇਲ੍ਹਾਂ 'ਚ ਮੋਬਾਈਲ ਪਹੁੰਚਣ ਦੇ ਲਈ ਵੀ ਪੁਲਿਸ ਹੀ ਜ਼ਿੰਮੇਵਾਰ ਹੈ ਤੇ ਇਸ ਦੇ ਲਈ ਜਲਦੀ ਹੀ ਜੇਲ੍ਹਾਂ 'ਚ ਜੈਮਰ ਲਾਏ ਜਾਣਗੇ। ਜੇਲ੍ਹ ਮੰਤਰੀ ਮੁਤਾਬਕ ਜੇਲ੍ਹਾਂ ਦੀ ਸੁਰੱਖਿਆ ਨੂੰ ਪੁਖਤਾ ਕਰਨ ਲਈ ਜੇਲ੍ਹਾਂ 'ਚ CIDF ਤੈਨਾਤ ਕਰਨੀ ਹੋਏਗੀ ਜਿਸ ਦਾ ਖਰਚਾ ਸੂਬਾ ਸਰਕਾਰ ਨੂੰ ਚੁੱਕਣਾ ਹੋਏਗਾ। ਜੇਲ੍ਹਾਂ ਦੇ ਬਹਾਨੇ ਜੇਲ੍ਹ ਮੰਤਰੀ ਨੇ ਸਾਬਕਾ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਤੇ ਸੂਬੇ 'ਚ ਗੈਂਗਸਟਰਾਂ ਲਈ ਸਾਬਕਾ ਅਕਾਲੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਜੇ ਕੋਈ CM ਨੂੰ ਥ੍ਰੈਟ ਆਉਂਦਾ ਜਾਂ ਚੱਲ ਰਹੀ ਹੈ ਕੋਈ ਗੱਲ ਉਹਦੇ 'ਚ ਮੈਂ ਆਪਣੇ ਡਿਪਾਰਟਮੈਂਟ ਦੀ ਵੀ ਅਣਗਹਿਲੀ ਸਮਝਦਾ। ਸਾਨੂੰ ਜਿਹੜੀਆਂ ਬਹੁਤ ਜਿਹੜੀਆਂ ਸੈਂਸਿਟਿਵ ਜਿਹੜੀਆਂ ਜੇਲ੍ਹ ਨੇ, ਹਾਈ ਸਿਕਿਉਰਿਟੀ ਜੇਲ੍ਹ ਨੇ, ਉੱਥੇ CIFF ਡਿਪਿਊਟ ਕੀਤੀ ਜਾਏਗੀ। CM ਸਾਹਿਬ ਜਿਸ ਦਿਨ ਆਏ ਇਹ ਮੈਂ ਮੈਟਰ ਦੁਬਾਰਾ ਚੱਕਾਂਗਾ। ਉਹ ਜੋ ਖਰਚਾ ਜੋ ਗਵਰਨਮੈਂਟ ਆਫ ਇੰਡੀਆ ਨਾਲ ਕੈਪਟਨ ਸਾਹਿਬ ਨੇ ਕਮਿਟਮੈਂਟ ਕੀਤੀ ਹੈ ਉਹਨੂੰ ਪੂਰਾ ਕੀਤਾ ਜਾਏਗਾ ਔਰ ਉਹ ਫਾਈਲ ਜਿਹੜੀ ਕਲੀਅਰ CM ਵੱਲੋਂ ਹੋ ਕੇ ਚਲੇਗੀ। ਜਿਹੜੇ ਗੈਂਗਸਟਰ ਦੀ ਆਪਾਂ ਗੱਲ ਕਰਦੇ ਹਾਂ, ਜੇ ਕੋਈ ਅੱਜ ਇਹ ਕਹਿੰਦਾ ਕਿ ਗੈਂਗਸਟਰਸ ਨੂੰ ਕੰਟਰੋਲ ਨਹੀਂ ਕੀਤਾ ਗਿਆ, ਮੈਂ ਉਹਨਾਂ ਪੁੱਛਣਾ ਚਾਹੁੰਦਾ ਕਿ 10 ਸਾਲ ਦੇ ਵਿੱਚ ਤੁਸੀਂ ਗੈਂਗਸਟਰ ਪੈਦਾ ਕੀਤੇ, ਪੰਜਾਬ ਦੀ ਨੌਜਵਾਨੀ ਖਤਮ ਕੀਤੀ ਜੇਲ੍ਹਾਂ ਦੇ ਵਿੱਚ। ਮੈਂ ਇਹ ਨਹੀਂ ਚਾਹੁੰਦਾ ਕਿ ਉੱਥੋਂ ਗੈਂਗਸਟਰ ਬਣ ਕੇ ਨਿਕਲ। ਬਰਗਾੜੀ ਮਾਮਲੇ 'ਚ ਪੁਲਿਸ ਦੇ ਹੱਥ ਮੁਲਜ਼ਮਾਂ ਦੇ ਗਲਾਵੇਂ ਦੇ ਬੇਹੱਦ ਨੇੜੇ ਨਜ਼ਰ ਆ ਰਹੇ ਨੇ ਤੇ ਪੁਲਿਸ ਇੱਕ ਇੱਕ ਕਰਕੇ ਪੂਰੇ ਮਾਮਲੇ ਦੀਆਂ ਕੜੀਆਂ ਜੋੜਨ 'ਚ ਲੱਗੀ ਹੈ। ਪਰ ਪੂਰੇ ਮਾਮਲੇ ਦੇ ਤਾਰ ਹੁਣ ਡੇਰਾ ਸੱਚਾ ਸੌਦਾ ਦੇ ਨਾਲ ਜੁੜਦੇ ਨਜ਼ਰ ਆ ਰਹੇ ਨੇ ਅਤੇ ਪੁਲਿਸ ਦੀ ਗ੍ਰਿਫਤ 'ਚ ਆਇਆ ਮਹਿੰਦਰਪਾਲ ਬਿੱਟੂ ਇਸ ਪੂਰੇ ਮਾਮਲੇ ਦਾ ਮਾਸਟਰ ਮਾਈਂਡ ਦੱਸਿਆ ਜਾ ਰਿਹਾ। ਤਿੰਨ ਸਾਲ ਤੋਂ ਫਜ਼ੀਹਤ ਚੱਲ ਰਹੀ ਪੰਜਾਬ ਪੁਲਿਸ ਹੁਣ ਆਖਿਰਕਾਰ ਉਹਨਾਂ ਮਾਮਲਿਆਂ ਨੂੰ ਸੁਲਝਾਉਣ ਦੀ ਕਗਾਰ ਉੱਤੇ ਖੜੀ ਹੈ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਲੰਬੇ ਵਕਤ ਤੱਕ ਸਿਆਸਤ ਗਰਮਾਉਂਦੀ ਰਹੀ। ਸਾਲ 2015 ਦੇ ਵਿੱਚ ਫਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਵਿੱਚ ਅਤੇ ਬਰਗਾੜੀ ਦੇ ਵਿੱਚ ਇੱਕ ਤੋਂ ਬਾਅਦ ਇੱਕ ਬੇਅਦਬੀ ਦੀਆਂ ਜਿਹੀਆਂ ਵਾਰਦਾਤਾਂ ਨਾਲ ਪੂਰੇ ਸੂਬੇ ਦੇ ਵਿੱਚ ਉਬਾਲ ਆਇਆ ਸੀ। ਹੁਣ ਉਹਨਾਂ ਦੇ ਤਾਰ ਡੇਰਾ ਸੱਚਾ ਸੌਦਾ ਨਾਲ ਜੁੜਦੇ ਨਜ਼ਰ ਆ ਰਹੇ ਨੇ। ਪੁਲਿਸ ਮਹਿਕਮੇ ਦੇ ਸੂਤਰਾਂ ਦੀ ਮੰਨੀਏ ਤਾਂ ਬੇਅਦਬੀ ਦੀਆਂ ਇਹਨਾਂ ਵਾਰਦਾਤਾਂ ਦੇ ਪਿੱਛੇ ਡੇਰਾ ਸੱਚਾ ਸੌਦਾ ਨਾਲ ਜੁੜੇ ਲੋਕਾਂ ਦਾ ਹੱਥ ਸੀ ਜਿਨ੍ਹਾਂ ਨੂੰ ਲੰਘੇ ਦਿਨਾਂ ਤੋਂ ਹੀ ਕਾਬੂ ਕੀਤਾ ਜਾ ਰਿਹਾ ਹੈ। ਸੂਤਰ ਇਹ ਵੀ ਦੱਸਦੇ ਨੇ ਕਿ ਫਰੀਦਕੋਟ ਦੇ ਵਿੱਚ ਬੇਅਦਬੀ ਦੇ ਤਿੰਨਾਂ ਹੀ ਵਾਰਦਾਤਾਂ ਦਾ ਸੂਤਰਧਾਰ ਡੇਰਾ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਅਤੇ ਕੋਟਕਪੁਰਾ ਦਾ ਹੀ ਰਹਿਣ ਵਾਲਾ ਮਹਿੰਦਰਪਾਲ ਬਿੱਟੂ ਹੈ ਜਿਸ ਦੀ ਨਿਗਰਾਨੀ 'ਚ ਪਹਿਲਾਂ ਗੁਰਦੁਆਰਿਆਂ ਦੀ ਰੇਕੀ ਹੋਈ ਅਤੇ ਫਿਰ ਬੇਅਦਬੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਖਬਰ ਤਾਂ ਇੱਥੋਂ ਤੱਕ ਹੈ ਕਿ ਬਿੱਟੂ ਨੇ ਪੁਲਿਸ ਦੇ ਸਾਹਮਣੇ ਪੂਰੀ ਪਲਾਨਿੰਗ ਦਾ ਵੀ ਖੁਲਾਸਾ ਕਰ ਦਿੱਤਾ ਹੈ ਕਿ ਕਿਵੇਂ ਜੂਨ 2015 ਦੇ ਵਿੱਚ ਡੇਰਾ ਸੱਚਾ ਸੌਦਾ ਨਾਲ ਜੁੜੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਹ ਪੂਰੀ ਸਾਜ਼ਿਸ਼ ਰਚੀ। ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਗੁਰਦੁਆਰੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਦੇ ਵਿੱਚ ਫਰੀਦਕੋਟ ਦੇ ਰਹਿਣ ਵਾਲੇ ਰਣਦੀਪ ਸਿੰਘ ਦਾ ਹੱਥ ਹੈ, ਜਦੋਂ ਕਿ ਬੇਅਦਬੀ ਕਰਨ ਦੀ ਸ਼ਰਮਨਾਕ ਘਟਨਾ ਨੂੰ ਕੋਟਕਪੁਰਾ ਦੇ ਰਹਿਣ ਵਾਲੇ ਸੰਨੀ ਕੰਡਾ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਅੰਜਾਮ ਦਿੱਤਾ। ਬਿੱਟੂ ਦੀ ਨਿਸ਼ਾਨਦੇਹੀ ਉੱਤੇ ਪੁਲਿਸ ਨੇ ਹੁਣ ਤੱਕ ਤਕਰੀਬਨ 1.5 ਦਰਜਨ ਡੇਰਾ ਪ੍ਰੇਮੀਆਂ ਨੂੰ ਕਾਬੂ ਕਰ ਲਿਆ ਜੋ ਕਿਸੇ ਨਾ ਕਿਸੇ ਤਰ੍ਹਾਂ ਨਾਲ ਇਸ ਸਾਜ਼ਿਸ਼ ਦਾ ਹਿੱਸਾ ਸਨ ਅਤੇ ਹੁਣ ਵੀ ਕੁਝ ਥਾਵਾਂ ਉੱਤੇ ਛਾਪੇਮਾਰੀ ਚੱਲ ਰਹੀ ਹੈ। ਪਰ ਦੂਜੇ ਪਾਸੇ ਪੁਲਿਸ ਦੀ ਇਸ ਕਾਰਵਾਈ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ। ਫਰੀਦਕੋਟ ਦੇ ਹੀ ਡੱਗੋ ਰੋਮਾਣਾ ਪਿੰਡ ਤੋਂ ਫੜੇ ਗਏ ਸ਼ਕਤੀ ਸਿੰਘ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਡੇਰਾ ਪ੍ਰੇਮੀਆਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ। ਜਦੋਂ ਇਹਨਾਂ ਨੂੰ ਕੁੱਟਮਾਰ ਹੁੰਦੀ ਆ ਉਦੋਂ ਬੱਚੇ ਕੁੱਟਦੇ ਡਰਦੇ ਕਹਿ ਦਿੰਦੇ ਜੀ ਹਾਂ ਜੀ ਅਸੀਂ ਕੀਤਾ ਜੀ, ਪਰ ਇਹਨਾਂ ਦੇ ਕੋਲੋਂ ਕੁਛ ਵੀ ਬਰਾਮਦ ਨਹੀਂ ਹੋਇਆ। ਰਾਤ ਤਲਾਸ਼ੀ ਲੈ ਕੇ ਗਏ ਆ, ਇੱਕ DGP ਸੀਗਾ, ਪਤਾ ਨਹੀਂ DGI ਸੀਗਾ, ਪਤਾ ਨਹੀਂ, ਮੈਨੂੰ ਪੂਰਾ ਜਾਣਕਾਰੀ ਨਹੀਂ ਗੀ, ਅਨਪੜ੍ਹ ਬੰਦਾ ਮੈਂ। ਉਹਨਾਂ ਨੇ ਅੰਦਰੋਂ ਆਪ ਤਲਾਸ਼ੀ ਕੀਤੀ ਆ, ਇੱਕ ਸੂਈ ਜਿੰਨੀ ਵੀ ਚੀਜ਼ ਕੋਈ ਗਲਤ ਉਹਨਾਂ ਨੂੰ ਆਪਣੇ ਕੋਲੋਂ ਨਹੀਂ ਮਿਲੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਤਾਰ ਮਾਰਚ 2011 ਵਿੱਚ ਮੋਗਾ 'ਚ ਹੋਈ ਅੱਗ ਦੀਆਂ ਘਟਨਾਵਾਂ ਨਾਲ ਵੀ ਜੁੜੇ ਨੇ, ਜਿਸ ਦੇ ਵਿੱਚ ਕੋਰਟ ਨੇ ਮਹਿੰਦਰਪਾਲ ਬਿੱਟੂ ਸਣੇ 7 ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ। ਪਰ ਜਿਹੜੇ ਮਾਮਲੇ ਨੂੰ ਲੈ ਕੇ ਸਭ ਤੋਂ ਜ਼ਿਆਦਾ ਹਲਚਲ ਹੈ ਉਹ ਤਾਂ 2015 ਦੀ ਬੇਅਦਬੀ ਦੇ ਨਾਲ ਜੁੜੇ ਨੇ, ਜਿਨ੍ਹਾਂ ਦੇ ਵਿੱਚ ਪਹਿਲਾ ਮਾਮਲਾ 1 ਜੂਨ 2015 ਦਾ ਹੈ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਤੋਂ ਖਬਰ ਮਿਲੀ ਸੀ ਕਿ ਸਥਾਨਕ ਗੁਰਦੁਆਰੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰ ਲਈ ਗਈ ਹੈ। ਦੂਜੀ ਵਾਰਦਾਤ 25 ਸਤੰਬਰ 2015 'ਚ ਇਸੀ ਬੁਰਜ ਜਵਾਹਰ ਸਿੰਘ ਵਾਲਾ ਦੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦੇ ਖਿਲਾਫ਼ ਵਿਵਾਦਿਤ ਪੋਸਟ ਲਗਾਏ ਗਏ ਸਨ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਹ ਵਾਰਦਾਤ ਅਕਾਲ ਤਖ਼ਤ ਤੋਂ 13 ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਮਿਲੀ ਮਾਫ਼ੀ ਤੋਂ ਠੀਕ ਬਾਅਦ ਸਾਹਮਣੇ ਆਈ ਸੀ, ਜਿਸ ਨੂੰ ਲੈ ਕੇ ਤਣਾਅ ਦੇ ਹਾਲਾਤ ਬਣਨ ਲੱਗੇ ਸਨ। ਇੱਕ ਤੋਂ ਬਾਅਦ ਇੱਕ ਬੇਅਦਬੀ ਦੀਆਂ ਵਾਰਦਾਤਾਂ ਨਾਲ ਇਲਾਕੇ ਦੇ ਲੋਕ ਪਹਿਲਾਂ ਹੀ ਗੁੱਸੇ ਵਿੱਚ ਸਨ। ਪਰ ਜਦੋਂ ਇਸੇ ਸਾਲ 12 ਅਕਤੂਬਰ ਦੇ ਦਿਨ ਫਰੀਦਕੋਟ ਦੇ ਹੀ ਪਿੰਡ ਬਰਗਾੜੀ ਵਿੱਚ
श्री गुरु ग्रंथ साहब के फटे अंग मिलन की खबर सुर्खियों के आई सी, जिस तो बाद पहला वड्डे पद्धर उत्ते प्रदर्शन हुए और फिर इन्हां प्रदर्शनों में दो लोगों की मौत हो गई। पूरा मामला सियासी और मजहबी लिहाज नाल बेहद संवेदनशील है। अजिहे च पुलिस भी किसी नतीजे तक पहुंचने तो पहला पूरी तसली कर लेना चाहती है। इसलिए फिलहाल कोई भी वड्डा अधिकारी मीडिया के सामने नहीं आ रहा और उम्मीद है कि जो सारे तार जुड़ जाएंगे तो पंजाब पुलिस बेहद जल्द हर सवाल का जवाब देन खुद सामने आएगी। फरीदकोट तो नरेश सेठी के नाल मोगा तो दीपक सिंगला, न्यूज 18 पंजाब। बरगाड़ी बेअदबी मामले नूं पुलिस हल करन दे बेहद करीब नजर आ रही है तो दूजे पासे सूबे च बेअदबी दीआं घटनावां दे मामले लगातार सामने आ रहे ने। नवांशहर दे पिंड बछोड़ी च धार्मिक ग्रंथी बेअदबी दा मामला सामने आया है। पिंड बछोड़ी च पावन सरूप की बेअदबी की गई। बेअदबी दे इल्जाम पिंड दे ही एक नौजवान ते लगे ने। मौके ते ही नौजवान नूं काबू भी कर लिया गया ते इस पूरे मामले च सीसीटीवी फुटेज भी सामने आई है। इह तस्वीरां ने तुहाडी टीवी स्क्रीन ते जदों इस नौजवान दे वल्लों श्री गुरु ग्रंथ साहिब जी दी बेअदबी कीती गई। इसे पिंड का ही यह नौजवान है जिस गुरुद्वारा साहब दे विच गुरु ग्रंथ साहब जी दे पावन सरूप की बेअदबी की गई। फिलहाल पुलिस ने इस नौजवान नूं गिरफ्तार कर लिया। नवां शहर तो बेअदबी की घटना सामने आई है। अज उस जग्गे की माता का देहांत होया, उहदे संस्कार तो बाद अंतम संस्कार तो बाद पिंड वासी जो लोग ने जो उन्होंने घर में आए हुए रिश्तेदार सन उन्होंने सारिया ने अलाणिया का पाठ कराने वास्ते गुरुद्वारा साहब दे विच आउणा सी। शायद वह इस गल नूं बर्दाश्त नहीं कर सकिया कि असी निरंकारी हाँ और उन्हें गुरुद्वारा साहब आके पहला तो जो गुरु घर के अंदर नगारा बजता उस नगारे नूं पाड़िया। वह नगारा पाड़न तो बाद उन्हें जाके ताबिया दे विच बैठ के ते गुरु साहब दे अंगां दी तीर मार मार के और अंग पाड़ के उस दुष्ट पापी ने एक गुरु साहिबान दे सरूप जिहड़े आ उन्हां दे रिगार्डिंग जिहड़ा बंदा सी असी सीसी टीवी की फुटेज के आधार के उत्ते उन्होंने अरैसट कर लिया। मजीद पूछगिछ उहदे कोल जाके करांगे असी, क्योंकि असी उदों दे इत्थे ने, क्योंकि सिख साहिबान आए सी। उस तो बाद जो भी कार्रवाई होगी अमल च लैंदी जाएगी, उसके खिलाफ ऑलरेडी असी केस रजिस्टर कर लिया। मुक्तसर साहब विखे एक किसान ने पुलिस से धक्केशाही के इल्जाम लाउंदिया स्प्रे निगल के खुदकुशी करने की कोशिश की। वड्डी गल है कि इल्जामों मुताबिक वड्डी गिनती च पुलिस मुलाजम किसान की जमीन ते कब्जा कराने पहुंचे सी अते पुलिस की मौजूदगी विच ही किसान ने अपनी जान देन की कोशिश की। ਸਾਲਾਂ ਤੋਂ ਕਬਜ਼ਾ ਜੀ ਉਹ ਬੰਦੇ ਨੇ ਕਬਜ਼ਾ ਆਪ ਦਿੱਤਾ ਤੇ ਅੱਜ ਇਹ ਧੱਕਾ ਕਰ ਰਹੇ ਹੈ। ਧੱਕੇਸ਼ਾਹੀ ਹੋ ਰਹੀ ਹੈ ਜੀ ਹਾਂ। ਇਹੀ ਕਹਿੰਦੇ ਇਸ ਕਿਸਾਨ ਨੇ ਸਪਰੇ ਪੀ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਤੇ ਹੁਣ ਇਹ ਕਿਸਾਨ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ। ਕੀ ਵਜ੍ਹਾ ਸੀ ਕਿ ਇਸ ਕਿਸਾਨ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਉਹ ਵੀ ਤੁਹਾਨੂੰ ਦੱਸਾਂਗੇ, ਪਰ ਇੱਕ ਵਾਰ ਮੁੜ ਤੋਂ ਸੁਣੋ ਇਸ ਪੀੜਤ ਕਿਸਾਨ ਦੀ ਹੱਡ ਬੀਤੀ। 35 ਸਾਲਾਂ ਤੋਂ ਕਬਜ਼ਾ ਜੀ ਉਹ ਬੰਦੇ ਨੇ ਕਬਜ਼ਾ ਆਪ ਦਿੱਤਾ ਤੇ ਅੱਜ ਇਹ ਧੱਕਾ ਕਰ ਰਹੇ ਹੈ। ਮਾਮਲਾ ਮੁਕਤਸਰ ਦੇ ਪਿੰਡ ਥੰਦੇਵਾਲ ਦਾ ਹੈ। ਮੰਗਲਵਾਰ ਨੂੰ ਇਸ ਕਿਸਾਨ ਦੀ ਜ਼ਮੀਨ ਤੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਪਹੁੰਚੀ। ਇਲਜ਼ਾਮਾਂ ਮੁਤਾਬਕ ਦੂਜੇ ਧਿਰ ਨੇ ਪੁਲਿਸ ਦੇ ਨਾਲ ਰਲ ਕੇ ਪੀੜਤ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸੇ ਵਿਚਾਲੇ ਪੁਲਿਸ ਦੀ ਮੌਜੂਦਗੀ 'ਚ ਕਿਸਾਨ ਰਾਮਦਾਸ ਸਿੰਘ ਨੇ ਸਪਰੇ ਨਿਗਲ ਲਈ। ਮੌਕੇ ਤੇ ਜਦ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਪੁਲਿਸ ਨੂੰ ਹੀ ਘੇਰਾ ਪਾ ਲਿਆ ਗਿਆ। ਉਸ ਵੇਲੇ ਦੇ ਕੀ ਹਾਲਾਤ ਸਨ ਇਹ ਤਸਵੀਰਾਂ ਵੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ। ਹਰ ਪਾਸੇ ਭਗਦੜ, ਮੌਕੇ ਦੀ ਵੀਡੀਓ 'ਚ ਵੀ ਪਿੰਡ ਵਾਸੀ ਪੁਲਿਸ ਤੇ ਬੰਦਾ ਮਾਰਨ ਦੇ ਇਲਜ਼ਾਮ ਲਗਾਉਂਦੇ ਸੁਣਾਈ ਦੇ ਰਹੇ ਨੇ। ਪੁਲਿਸ ਉੱਪਰ ਧੱਕੇਸ਼ਾਹੀ ਦੇ ਇਲਜ਼ਾਮ ਪੀੜਤ ਕਿਸਾਨ ਵੱਲੋਂ ਪਹਿਲਾਂ ਵੀ ਲਾਏ ਗਏ, ਪਰ ਮੰਗਲਵਾਰ ਨੂੰ ਅੱਧੇ ਘੰਟੇ ਪਹਿਲਾਂ ਮੀਡੀਆ ਦੇ ਸਾਹਮਣੇ ਆਪਣਾ ਦਰਦ ਬਿਆਨ ਕਰਕੇ ਪੀੜਤ ਕਿਸਾਨ ਨੇ ਆਖਿਰਕਾਰ ਜ਼ਿੰਦਗੀ ਖਤਮ ਕਰਨ ਦੀ ਸੋਚ ਲਈ। ਹੁਣ ਹਸਪਤਾਲ 'ਚ ਪੀੜਤ ਰਾਮਦਾਸ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਧਰ ਪਿੰਡ ਵਾਸੀਆਂ ਵੱਲੋਂ ਵੀ ਸੰਬੰਧਿਤ ਥਾਣੇ ਦੇ SHO ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ SHO ਪਿੰਡ ਵਾਸੀਆਂ ਨੂੰ ਪਹਿਲਾਂ ਹੀ ਡਰਾ ਧਮਕਾ ਰਿਹਾ ਸੀ ਕਿ ਕਬਜ਼ੇ ਵਾਲੇ ਦਿਨ ਕੋਈ ਵੀ ਰਾਮਦਾਸ ਸਿੰਘ ਦੀ ਹਮਾਇਤ ਲਈ ਅੱਗੇ ਨਾ ਆਏ, ਨਹੀਂ ਤਾਂ ਅੰਜਾਮ ਭੁਗਤਣਾ ਪਵੇਗਾ। 80 ਦਾ ਕਬਜ਼ਾ ਇਹਦੇ ਕੋਲੇ ਆ, ਇਹਦੇ ਨਾਲ ਕਰਾਰਨਾਮਾ ਕੀਤਾ ਉਹਨਾਂ ਨੇ। ਇਹ ਨਹੀਂ ਗਾ ਜੀ ਦਖਲ ਪੈ ਜੇ, ਕੋਰਟ ਦਾ ਜੋ ਫੈਸਲਾ ਆਊਗਾ
दखल पै के जो कुछ हो आपकी भी रामदास कह देंगे भी पैली छड़ दो सही कानूनी तौर पर आपका वो कर लैन सानू कोई नहीं गा असी कोई लड़ाई झगड़ा नहीं करना चाहते कुछ नहीं करना चाहते नजायज गुंडागर्दी करते आके तां इक किसान की जमीन से वड्डी गिणती च पुलिस फोर्स पहुंची कब्जे की कोशिश की गई ते अपनी अखां सामने अपनी जमीन से कब्जा हुंदिया वेख किसान ने जहर भी निगल लिया इन्ना सब कुछ हो गया पर पुलिस का कोई भी अधिकारी कैमरे अगे आके हुण बयान देने तो इनकार कर रहा है हुण वेखना होवेगा कि पुलिस महकमे से लगते इन्ने वड्डे इल्जामां ते विभाग कोई कार्रवाई करेगा नाल ही पीड़ित किसान नूं भी की कदे इंसाफ मिल पाएगा जां फिर नहीं मुक्तसर तो अशफाक टुड्डी न्यूज़ 18 पंजाब।